ਤੁਸੀਂ ਦੇਖ ਰਹੇ ਹੋ NNR ਨਿਊਜ਼। ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੀ ਇੱਕ ਅਹਿਮ ਮੀਟਿੰਗ ਕੌਮੀ ਚੇਅਰਮੈਨ ਵੀਰ ਸੰਦੀਪ ਪੰਜਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਬਾਬਾ ਲਖਵਿੰਦਰ ਸਿੰਘ ਜੀ ਦੀ ਅਗਵਾਈ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਪਰਡਾਲ ਵਿਖੇ ਹੋਈ, ਜਿਸ ਵਿੱਚ 11 ਮੈਂਬਰੀ ਕਮੇਟੀ ਦੀ ਗਠਿਤ ਕੀਤੀ ਗਈ। ਆਓ ਦੇਖਦੇ ਹਾਂ ਗੁਰਪ੍ਰੀਤ ਗੋਲਾ ਦੇ ਨਾਲ ਏਅਰਪੋਰਟ। ਹਾਂਜੀ, ਕੀ ਨਾਂ ਜੀ ਜੀ ਆਪਣਾ? ਮੇਰਾ ਨਾਮ ਅਵਤਾਰ ਸਿੰਘ ਹੈ ਜੀ, ਮਾਝਾ ਚੌਂ ਦਾ ਪੰਜਾਬ ਚੇਅਰਮੈਨ ਮੈਂ, ਮੁਰਾਦਪੁਰ ਪਿੰਡ ਸਾਡਾ ਤਰਨ ਤਾਰਨ। ਅਸੀਂ ਅੱਜ ਇੱਥੇ ਆਪਣੀ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਵੱਲੋਂ ਸਰਦਾਰ ਮਨਪ੍ਰੀਤ ਸਿੰਘ ਜੀ ਨੂੰ ਪਿੰਡ ਬੈੜਵਾਲ ਦੇ ਵਿੱਚ ਜਿਹੜਾ ਵਾ ਚੇਅਰਮੈਨ ਲਾ ਕੇ ਉਹਦੀ ਜਿਹੜੀ ਆ ਸੇਵਾ 'ਚ ਉਹਦਾ ਯੋਗਦਾਨ ਪਾ ਰਹੇ ਹਾਂ। ਅਤੇ ਸਾਡੇ ਜਿਹੜੇ ਕੌਮੀ ਚੇਅਰਮੈਨ ਆ ਸਾਡੇ ਸੰਦੀਪ ਸਿੰਘ ਜੀ ਨਿਆਲਾ, ਉਹਨਾਂ ਨੇ ਸਾਨੂੰ ਜੋ ਦਿਸ਼ਾ ਨਿਰਦੇਸ਼ ਦਿੱਤੇ, ਅਸੀਂ ਉਹਨਾਂ ਦੇ ਉੱਤੇ ਚੱਲਦੇ ਹੋਏ ਆਪਣੀ ਕੌਮ ਨੂੰ ਅੱਗੇ ਲੈ ਕੇ ਜਾ। ਹਾਂਜੀ, ਕੀ ਨਾਂ ਜੀ ਆਪਣਾ? ਆਪਣਾ ਨਾਂ ਜੀ ਸਰਬਜੀਤ ਸਿੰਘ ਫੌਜੀ, ਪਿੰਡ ਪੂਲਾ। ਹਾਂਜੀ, ਅੱਜ ਉਹ ਮੀਟਿੰਗ ਕੀਤੀ ਗਈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਅੱਜ ਪਿੰਡ ਬੈੜਵਾਲ ਦੇ ਵਿੱਚ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਵੱਲੋਂ ਮੀਟਿੰਗ ਕੀਤੀ ਗਈ ਆ, ਜਿਨ੍ਹਾਂ ਬਾਬਾ ਲਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਜਿਨ੍ਹਾਂ ਦੇ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਜੀ ਦੇ ਕੌਮੀ ਚੇਅਰਮੈਨ ਨੇ ਵੀਰ ਸੰਦੀਪ ਜੰਡਿਆਲਾ ਜੀ, ਉਹਨਾਂ ਦੀ ਅਗਵਾਈ ਹੇਠ ਦਿਸ਼ਾ ਨਿਰਦੇਸ਼ ਤਹਿਤ ਅੱਜ ਪਿੰਡ ਬੈੜਵਾਲ ਦੇ ਵਿੱਚ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਵੱਲੋਂ ਮੀਟਿੰਗ ਕੀਤੀ ਗਈ ਆ। ਸਮੂਹ ਇਲਾਕੇ ਦੀ ਸਮੂਹ ਸੰਗਤ ਇੱਥੇ ਇਕੱਤਰ ਹੋਈ ਆ, ਉਹਨਾਂ ਨੂੰ ਭਗਵਾਨ ਵਾਲਮੀਕ ਜੀ ਦੇ ਇਤਿਹਾਸ ਵੱਲੋਂ ਪ੍ਰਚਾਰ ਪ੍ਰਸਾਰ ਵੱਲੋਂ ਦੱਸਿਆ ਗਿਆ ਅਤੇ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਵੱਲੋਂ ਦੱਸਿਆ ਗਿਆ ਅਤੇ ਡਾਕਟਰ ਭੀਮ ਰਾਓ ਸਾਹਿਬ ਦੇ ਅੰਬੇਦਕਰ ਸਾਹਿਬ ਦੇ ਇਤਿਹਾਸ ਬਾਰੇ, ਉਹ ਜਿਨ੍ਹਾਂ ਨੇ ਇੱਕ ਆਪਣਾ ਜੋ ਇੱਕ ਜੋ ਸੰਵਿਧਾਨ ਆ ਉਹ ਉਹਨਾਂ ਨੇ ਰਚਨਾ ਕੀਤੀ ਆ, ਜੋ ਕਿ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਰਚਨਾ ਕੀਤੀ ਆ। ਬੜੀ ਉਹਨਾਂ ਨੇ ਇੱਕ ਅਦੁੱਤੀ ਦੇਣ ਆ ਸਾਡੇ ਸਮਾਜ ਨੂੰ, ਉਹਨਾਂ ਵਾਸਤੇ ਵਿਚਾਰ ਕੀਤੀ ਆ। ਬਾਕੀ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਨੂੰ ਮਜ਼ਬੂਤ ਕਰ ਰਹੇ ਹਾਂ, ਸੋ ਸੰਗਤ ਨੂੰ ਆਪਣੇ ਹੱਕਾਂ ਤੋਂ ਜਾਗਰੂਕ ਕਰ ਰਹੇ ਹਾਂ, ਪ੍ਰਚਾਰ ਪ੍ਰਸਾਰ ਕਰ ਰਹੇ ਹਾਂ, ਨਸ਼ੇ ਤੋਂ, ਬੁਰੀਆਂ ਆਦਤਾਂ ਤੋਂ, ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਵਾਸਤੇ ਉਹਨਾਂ ਨੂੰ ਅੱਜ ਵਿਚਾਰ ਕੀਤੇ ਗਏ ਆ ਅਤੇ ਇਕੱਤਰ ਰਹਿਣ ਲਈ ਉਹਨਾਂ ਨਾਲ ਵਿਚਾਰ ਕੀਤੇ ਗਏ ਆ। ਅਤੇ ਜੋ ਸਾਡੀ ਕੌਮ ਮਜ਼ਬੀ ਸੇ ਕੌਮ ਧਰਮ ਪਰਿਵਰਤਨ ਕਰਦੀ ਜਾ ਰਹੀ ਆ, ਬੜੀ ਤ੍ਰਾਸਦੀ ਦੀ ਗੱਲ, ਬੜੀ ਦੁੱਖਦਾਈ ਦੀ ਗੱਲ ਆ। ਉਹਨਾਂ ਨੂੰ ਇਹ ਵਿਚਾਰ ਦੱਸੇ ਗਏ ਆ ਕਿ ਆਪਣੇ ਮਹਾਂਪੁਰਸ਼ਾਂ ਨੂੰ, ਆਪਣੇ ਸ਼ਹੀਦਾਂ ਨੂੰ, ਉਹਨਾਂ ਨੂੰ ਮੰਨੋ ਅਤੇ ਵੇਖੋ, ਵਿਚਾਰ ਕੀਤੇ ਗਏ ਆ ਅਤੇ ਇਕੱਤਰ ਰਹਿਣ ਲਈ ਉਹਨਾਂ ਨਾਲ ਵਿਚਾਰ ਕੀਤੇ ਗਏ ਆ। ਅਤੇ ਜੋ ਸਾਡੀ ਕੌਮ ਮਜ਼ਬੀ ਸੇ ਕੌਮ ਧਰਮ ਪਰਿਵਰਤਨ ਕਰਦੀ ਜਾ ਰਹੀ ਆ, ਬੜੀ ਤ੍ਰਾਸਦੀ ਦੀ ਗੱਲ, ਬੜੀ ਦੁੱਖਦਾਈ ਦੀ ਗੱਲ ਆ। ਉਹਨਾਂ ਨੂੰ ਇਹ ਵਿਚਾਰ ਦੱਸੇ ਗਏ ਆ ਕਿ ਆਪਣੇ ਮਹਾਂਪੁਰਸ਼ਾਂ ਨੂੰ, ਆਪਣੇ ਸ਼ਹੀਦਾਂ ਨੂੰ, ਉਹਨਾਂ ਨੂੰ ਮੰਨੋ ਅਤੇ ਵੇਖੋ, ਫਿਰ ਵੇਖੋ ਕਿੱਦਾਂ ਕਿਰਪਾ ਹੁੰਦੀ ਆ। ਇਵੇਂ ਧਰਮ ਕਿਸੇ ਦੇ ਪਿੱਛੇ ਲਾ ਕੇ ਲਾਈ ਲੱਗ ਬਣ ਕੇ ਆਪਾਂ ਧਰਮ ਪਰਿਵਰਤਨ ਨਾ ਕਰੀਏ। ਵਿਸ਼ਵਾਸ ਕਰੋ ਅਤੇ ਸਿਮਰਨ ਕਰੋ, ਕਿਰਤ ਕਰੋ ਅਤੇ ਵਿਕਾਰਾਂ ਨੂੰ ਛੱਡੋ, ਨਸ਼ਿਆਂ ਨੂੰ ਛੱਡੋ। ਇਹੀ ਇੱਕ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦਾ ਨਾਰਾ ਹੈ। ਸੋ ਜਿਸ ਵੀ ਕਿਸੇ ਵੀਰ ਨਾਲ ਕੋਈ ਮਤਭੇਦ ਜਾਂ ਧੱਕੇਸ਼ਾਹੀ ਹੋ ਰਹੀ ਹੈ, ਬਾਬਾ ਲਖਵਿੰਦਰ ਸਿੰਘ ਜੀ ਨੂੰ, ਉਹਨਾਂ ਦਾ ਫੋਨ ਨੰਬਰ ਲੈ ਲੈਣ, ਉਹਨਾਂ ਨੂੰ ਫੋਨ ਕਰਨ, ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ, ਕੋਈ ਕਿਸੇ ਨਾਲ ਕੋਈ ਮਤਭੇਦ ਨਹੀਂ ਹੋਣ ਦਿੱਤਾ ਜਾਵੇਗਾ, ਸਮੁੱਚੀ ਟੀਮ ਉਹਨਾਂ ਦਾ ਸਾਥ ਦਊਗੀ। ਬਾਕੀ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਕਿ ਉਹ ਜੋ ਵੀ ਤੁਹਾਡਾ ਜੋ ਰੱਖਿਆ ਗਿਆ ਉਹ ਵਾਜਬ ਹੋਣਾ ਚਾਹੀਦਾ, ਨਜਾਇਜ਼ ਨਹੀਂ, ਜਾਇਜ਼ ਹੋਣੀ ਚਾਹੀਦੀ ਆ। ਸੋ ਬਾਬਾ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਡਟ ਕੇ ਖੜ੍ਹਾ, ਤੁਹਾਡੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਖੜ੍ਹਾ ਵਾ, ਤੁਹਾਡੀ ਮਦਦ ਕਰਨ ਵਾਸਤੇ ਖੜ੍ਹਾ। ਬਾਬਾ ਲਖਵਿੰਦਰ ਜੀ ਨੂੰ ਅਤੇ ਇੱਥੋਂ ਦਾ ਵੀਰ ਆ ਮਨਪ੍ਰੀਤ, ਉਹਨਾਂ ਵੱਲੋਂ 11 ਮੈਂਬਰੀ ਟੀਮ ਜਿਹੜੀ ਆ ਨਿਯੁਕਤ ਕੀਤੀ ਗਿਆ। ਸੋ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਜੈ ਵਾਲਮੀਕੀ, ਹਰ ਹਰ ਵਾਲਮੀਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।